ਹੁਣ ਕਈ ਇਹ ਚੈਨਲ ਹੈਗੇ ਆ ਜਿਹੜੇ ਫਰੋਡ ਕਰ ਕਰਕੇ ਸਾਨੂੰ ਕਈ ਮਤਲਬ CDI ਕੋਈ ਹੋਰ ਵੀ ਬਣਾਉਂਦੇ ਆ ਜਿਵੇਂ, ਅਤੇ ਇੱਕ ਚੈਨਲ ਤਾਂ ਹੈਗਾ ਮੈਂ ਨਾਮ ਨਹੀਂ ਲੈਣਾ, ਉਹ ਭੇਜਦਾ ਹੀ ਨਹੀਂ ਹੈਗਾ, ਅਤੇ ਆਪਾਂ ਇਹੋ ਜਿਹਾ ਕੰਮ ਨਹੀਂ ਕਰਦੇ ਹੈਗੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਤੁਹਾਡਾ ਗ੍ਰੈਂਡ ਬਲੌਗ 'ਚ ਲੈ ਕੇ ਆ ਗਿਆ ਤੁਹਾਡੇ ਲਈ ਇੱਕ ਹੋਰ ਨਵਾਂ ਬਲੌਗ, ਅਤੇ ਅੱਜ ਦੇ ਬਲੌਗ 'ਚ ਤੁਹਾਨੂੰ ਦੱਸਣ ਲੱਗਿਆ ਜਿਹੜੇ ਪੁਰਾਣੇ ਬੁਲਟ ਹੁੰਦੇ ਆ, ਚਾਹੇ ਪੁਰਾਣੇ ਕਹਿ ਲਓ BS 2, 3, 4, ਇਹਨਾਂ ਨੂੰ ਜਿਵੇਂ RPM ਸਲੋ ਆਪਾਂ 6 ਦੀ ਵੀ ਦੱਸ ਦਿੰਦੇ ਹਾਂ, ਤੁਹਾਨੂੰ ਕਰਕੇ ਵੀ ਦਿਖਾ ਦਾਂਗੇ। ਆਪਾਂ ਤੁਹਾਨੂੰ ਕਿਹਾ ਹੋਇਆ 2K 'ਤੇ ਆਪਾਂ ਸੁੱਚ ਲਾ ਕੇ ਦਿਖਾਉਣੀ ਹੈ, ਜਿਹਨਾਂ RPM ਸਲੋ ਵੀ ਹੋ ਜਾਇਆ ਕਰੂ ਦੱਬੇ ਦੇ ਅਤੇ ਤੇਜ਼ ਵੀ ਹੋ ਜਾਇਆ ਕਰੂ, ਪਰ ਆਪਣੇ 2K ਬਹੁਤ ਨੇੜੇ ਆ ਹੋਣ ਵਾਲੀ ਹੈ। ਛੇਤੀ ਛੇਤੀ ਸਬਸਕ੍ਰਾਈਬ ਕਰ ਲਓ, ਆਪਾਂ ਤੁਹਾਡੇ ਲਈ ਕੰਟੈਂਟ ਲੈ ਕੇ ਆਉਂਦੇ ਰਹਿੰਦੇ ਹਾਂ ਵਧੀਆ ਵਧੀਆ, ਅਤੇ ਜਿਹੜਾ ਤੁਸੀਂ ਡਿਮਾਂਡ ਕਰਦੇ ਹੋ ਉਹ ਵੀ ਲੈ ਆਉਂਦੇ ਹਾਂ। ਅਤੇ ਆਪਾਂ ਥੱਲੇ ਜਿਹਨਾਂ ਨੂੰ ਵੀ ਮਤਲਬ ਹਿੰਦੀ ਵਾਲੇ ਵਲੌਗ ਦੇਖਦੇ ਆ, ਪੰਜਾਬੀ ਨਹੀਂ ਸਮਝ ਆਉਂਦੀ, ਥੱਲੇ ਸਬ ਟਾਈਟਲ ਦੇ ਦਿਆ ਕਰਾਂਗੇ। ਆਪਕੋ ਅਗਰ ਪੰਜਾਬੀ ਨਹੀਂ ਸਮਝ ਆਉਂਦੀ, ਇੰਗਲਿਸ਼ ਮੈਂ ਸਬ ਟਾਈਟਲ ਨੀਚੇ ਲਿਖੇ। ਹਾਂ, ਅਤੇ ਸਬ ਟਾਈਟਲ ਥੱਲੇ ਨੇ। ਅਤੇ ਹੁਣ ਆਪਾਂ ਅੱਜ ਦੇ ਵਲੌਗ 'ਚ ਦੱਸਣ ਲੱਗੇ ਹਾਂ ਜਿਵੇਂ BS 2, 3, 4 ਇਹਨਾਂ ਦੇ ਕਿਵੇਂ ਕਿਵੇਂ ਆਪਾਂ ਨੂੰ ਕਿਹੜੇ ਤਰੀਕਿਆਂ ਨਾਲ ਰਿਟਾਇਰ ਕਰ ਸਕਦੇ ਹਾਂ, ਇਹਨਾਂ ਨੂੰ ਵੀ ਆਵਾਜ਼ ਸਲੋ RPM ਸਲੋ ਕਿਵੇਂ ਕਰ ਸਕਦੇ ਹਾਂ ਤੁਹਾਨੂੰ ਦੱਸਦੇ ਹਾਂ। ਪਹਿਲਾ ਤਰੀਕਾ ਤਾਂ ਹੈਗਾ ਆਪਣੇ ਵਾਲਾ, ਜਿਹੜਾ ਆਪਾਂ ਵਾਰ ਵਾਰ ਕਹਿੰਦੇ ਹਾਂ CDI, ਆਹ ਕਰ ਦਿੰਦੀ ਹੈ ਜਮਾਂ ਹੀ ਰਿਟਾਇਰ ਪੁਰਾਣੇ ਬੁਲਟਾਂ ਵਾਂਗੂ। ਆ ਹੈਗਾ BS 4, ਅਤੇ ਤੁਹਾਨੂੰ ਥੱਲੇ ਆਡੀਓ ਕਲਿੱਪ ਲਾ ਦਿੰਦਾ ਮੈਂ, ਠੀਕ ਆ, ਉਹ ਤੁਸੀਂ ਸੁਣ ਲਿਓ। ਅਤੇ ਬਾਕੀ ਇਹ ਆਈ ਸੀ ਪੁਰਾਣੇ ਮਾਡਲਾਂ 'ਚ, ਇਹ ਆਈ ਸੀ 2010 ਮਾਡਲ ਤੋਂ ਸ਼ੁਰੂ ਹੋਈ ਸੀਗੀ, ਇਹ ਵੀ ਰਿਟਾਇਰ ਕਰ ਦਿੰਦੀ ਆ, ਪਰ ਇਹ ਜਾਣੀ ਕਿ ਇਹਦੇ ਨਾਲੋਂ ਘੱਟ ਕਰਦੀ ਆ। ਤਿਆਰ ਹੈਗੀ ਆ ਓਰੀਜਨਲ 2015 ਮਾਡਲ ਤੋਂ ਬਾਅਦ ਆਈ ਹੋਈ ਸੀ, ਇਹਦੇ ਨਾਲੋਂ ਵੱਧ ਰਿਟਾਇਰ ਕਰਦੀ ਆ ਜਿਵੇਂ ਜਿਵੇਂ ਪੁਰਾਣੀ ਹੋਈ ਜਾਂਦੀ ਆ, 올ਡ ਇਜ਼ ਗੋਲਡ। ਹਾਂ, ਇਹ ਰਿਟਾਇਰ ਕਰ ਦਿੰਦੇ ਜਮਾਂ, ਉਹ ਘੱਟ ਕਰਦੀ ਆ। ਅਤੇ ਆਹ 2015 ਤੋਂ ਬਾਅਦ ਆਈ ਸੀਗੀ, ਇਹਦੀ ਥੋੜ੍ਹੀ ਜਿਹੀ ਮਿਸਿੰਗ ਦੀ ਪ੍ਰੋਬਲਮ ਆਉਂਦੀ ਹੁੰਦੀ ਹੈ ਹੁਣ ਦੇ ਓਰੀਜਨਲ ਵੋਲਟਾਂ 'ਚ ਆਉਂਦੀ ਆ BS 6 ਨੂੰ ਛੱਡ ਕੇ। ਅਤੇ ਦੂਜਾ ਇਹ ਹੈਗਾ, ਇਹ ਤਾਂ ਹੋ ਗਿਆ ਪਹਿਲਾ ਤਰੀਕਾ, ਬਸ ਕੀ ਕਰਨਾ ਮੈਂ, ਇੱਥੇ CDI ਲਾਉਣੀ ਆ ਅਤੇ ਤੁਹਾਡਾ ਵੋਲਟ ਰਿਟਾਇਰ। ਅਤੇ ਹੁਣ ਦੂਜਾ ਤਰੀਕਾ ਕਿਹੜਾ ਹੈਗਾ ਵਾ, ਦੂਜਾ ਤਰੀਕਾ ਹੈਗਾ ਵਾ ਤੁਹਾਨੂੰ ਦਿਖਾ ਦਿੰਦੇ ਹਾਂ। ਜਿਵੇਂ ਹੁਣ ਆ ਸਪਾਰਕ ਪਲੱਗ ਆ, ਆਹਾ ਇਹਦੇ ਅੰਦਰਲੀ ਸਾਈਡ ਜਿਹੜਾ ਪਲੱਗ ਹੁੰਦਾ ਨਾ ਸਪਾਰਕ ਪਲੱਗ ਦੀ, ਉਹ ਤੂਹੀ ਹੁੰਦੀ ਆ ਹਨਾ, ਜੇ ਆਪਾਂ ਉਹਨੂੰ ਥੋੜ੍ਹਾ ਜਿਹਾ ਉੱਤੇ ਨੂੰ ਚੱਕ ਦਈਏ ਕਰੰਟ ਦਾ, ਉਹ ਥੋੜ੍ਹਾ ਜਿਹਾ ਉਹ ਹੋ ਜਾਊਗਾ ਡਿਸਟੈਂਸ। ਹਾਂ, ਉਹਦੇ ਥੋੜ੍ਹਾ ਡਿਸਟੈਂਸ ਆਪਾਂ ਵੱਧ ਕਰਤਾ ਉਹਦੇ ਨਾਲੋਂ, ਤਾਂ ਨਾ ਥੋੜ੍ਹਾ ਜਿਹਾ ਉਹਦੇ ਨਾਲ ਰਿਟਾਇਰ ਹੋ ਜਾਊਗਾ ਬੁਲਟ, ਕੁਝ ਕਰਨ ਦੀ ਲੋੜ ਨਹੀਂ, ਉਹਨਾਂ ਵੀ ਕਾਫੀ ਫਰਕ ਪੈ ਜਾਣਾ ਵਾ। ਇਹ ਤਾਂ ਹੋ ਗਿਆ ਦੂਜਾ ਤਰੀਕਾ, ਇਹ ਹੈਗਾ ਸੌਖਾ, ਬਸ ਘਰੇ ਕੱਢ ਕੇ ਮਾੜੇ ਪਰ ਧਿਆਨ ਨਾਲ ਕਰਨਾ ਮੈਂ, ਕਈ ਵਾਰ ਬਾਹਲਾ ਚੱਕਤਾ ਜਾਂ ਉਹ ਬੰਟਾ ਜਾਂਦਾ ਭੰਨਿਆ ਜਾਂਦਾ ਚੱਕਰ ਆਏ ਆ, ਮਤਲਬ ਤੁਸੀਂ ਪੜਾਕੇ ਵਗੈਰਾ ਨਾ ਮਰਾਇਓ ਆ ਕਰਕੇ, ਪੜਾਕੇ ਵੱਡੇ ਮਾਨ ਲੱਗ ਜਾਣਾ ਪਰ ਕੋਈ ਫਾਇਦਾ ਨਹੀਂ, ਫਿਰ ਇੰਜਣ ਦਾ ਬਾਹਲਾ ਨੁਕਸਾਨ ਹੋਣਾ, ਇੰਜਣ ਫਿਰ ਬਾਅਦ ਹੋ ਗਿਆ ਫਿਰ ਸਾਨੂੰ ਨਹੀਂ ਕਹਿਣਾ। ਹਾਂ, ਤੇ ਹੁਣ ਬਾਕੀ ਦੇ ਦੋ ਤਰੀਕੇ ਲੈ ਦੱਸ ਬਈ, ਹੁਣ ਤੂੰ ਦੱਸ ਦੇ। ਹਾਂ, ਤੇ ਬਾਕੀ ਆਪਣੀ ਇੱਕ ਹੋਰ ਤਰੀਕਾ ਆਉਂਦਾ ਵੇ, ਤੇ ਜਿਹੜਾ ਕੀ ਹੈਗਾ ਆਪਣਾ ਜਿਹੜਾ ਇਹਨੂੰ ਰਿਟਾਇਰ ਕੀਤਾ ਹੋਇਆ ਆਪਾਂ ਮੈਗਨੇਟ ਤੋਂ, ਜੇ ਕੀ ਆਹ ਹੁੰਦਾ ਇੱਧਰ ਮੈਗਨੇਟ ਕੋਇਲ ਹੁੰਦੀ ਆ, ਮੈਗਨੇਟ ਕੋਇਲ ਇੱਕ ਮਤਲਬ ਗੋਲ ਜਿਹੀ ਚੀਜ਼ ਹੁੰਦੀ ਆ ਸਮਝ ਲਓ, ਮੈਗਨੇਟ ਆ ਉਹ, ਮੈਗਨੇਟ ਦੀ ਪੋਜੀਸ਼ਨ ਇੱਥੇ ਆ, ਉਹ ਪੋਜੀਸ਼ਨ ਨੂੰ ਜੋ ਤੁਸੀਂ ਥੋੜ੍ਹਾ ਜਿਹਾ ਰਿਵਰਸ ਬੈਕਵਰਡ ਕਰ ਦੋਗੇ ਤਾਂ ਉਹ ਆਪਣੀ ਰਿਟਾਇਰ ਹੋ ਜੂਗੀ। ਰਿਟਾਇਰ ਹੋ ਕੇ ਆਪਣਾ ਜਿੰਨੇ ਵੀ ਤਰੀਕੇ ਆ ਰਿਟਾਇਰ ਕਰਨ ਦੇ, ਕੋਈ ਵੀ ਤਰੀਕਾ ਦੇਖ ਲਓ, ਰਿਟਾਇਰ ਕਰੋਗੇ ਆਵਾਜ਼ ਵਧੀਆ ਹੋਊ, ਆਵਾਜ਼ ਹੌਲੀ ਸਲੋ RPM ਹੋ ਜਾਣੀ ਆ, ਦਗਦਾ ਕਰੂਗਾ। ਅਤੇ ਆਪਣੀ ਲਾਸਟ ਜਿਹੜਾ ਵਾ ਉਹ ਹੈਗੀ ਆ ਪਿੰਨ, ਜੋ ਕਿ ਆਪਣੀ ਹੁੰਦੀ ਆ ਪਿੰਨ ਹੁੰਦੀ ਆ, ਪਿੰਨ ਦਾ ਕੰਮ ਕੀ ਹੁੰਦਾ, ਡੀਕੰਪਰੈਸਰ ਪਿੰਨ ਕਹਿੰਦੇ ਆ ਉਹਨੂੰ, ਉਹ ਇੱਥੇ ਹੀ ਹੁੰਦੀ ਆ, ਇਹਦੇ ਨਾਲ ਹੀ ਕਿੱਕ ਦੇ ਨਾਲ ਉਹਦਾ ਕੰਮ ਹੁੰਦਾ, ਜਦੋਂ ਆਪਾਂ ਕਿੱਕ ਮਾਰਦੇ ਹਾਂ ਉਹਨੇ ਕਿੱਕ ਨੂੰ ਸੌਫਟ ਕਰਨਾ ਵਾ। ਅਤੇ ਚੱਕਰ ਆਏ ਆ ਵੀ ਆਪਾਂ ਜੇ ਪਿੰਨ ਹੀ ਕੱਢ ਦਈਏ, ਪਿੰਨ ਕੱਢ ਕੇ ਆਪਾਂ ਫਿੱਟ ਕਰ ਦਈਏ ਸਟਾਰਟ ਦੇ ਨੇ ਤਾਂ ਵੀ ਹੋਣਾ, ਪਰ ਕਿੱਕ ਹਾਰਡ ਹੋਣੀ ਆ, ਪਰ ਤੁਸੀਂ RPM ਸਲੋ ਕਰ ਸਕਦੇ ਜਮਾਂ ਹੀ ਪੂਰੇ ਸਲੋ, ਜਿਹੜੀ ਦਗ ਦਗ ਇੱਕ ਇੱਕ ਤੁਸੀਂ ਬੀਟ ਸੁਣ ਸਕਦੇ ਹੋ। ਅਤੇ ਪਰ ਇਹਦਾ ਹੈਵੀ ਨਹੀਂ ਹੋਣੀ, ਇਹ ਨਾ ਕੱਲੀ ਸਲੋ ਹੋਣੀ ਆ, ਤੁਹਾਨੂੰ ਇਹ ਅਤੇ ਉਹ ਕਰਾਉਣਾ ਹੀ ਪੈਣਾ ਜੇ ਤੁਸੀਂ ਆਵਾਜ਼ ਵਧੀਆ ਬਣਾਉਣੀ ਆ, ਬੁਲਟ ਦੀ ਵਧੀਆ ਆਵਾਜ਼ ਕਰਨੀ ਆ। ਅਤੇ ਹੋਰ ਵੀ ਕੁਛ ਵੀ ਪੁੱਛਣਾ ਹੋਵੇ ਤੁਸੀਂ ਸਾਨੂੰ
ਮੈਸੇਜ ਤੇ ਕਮੈਂਟ ਵੀ ਕਰ ਸਕਦੇ ਹਾਂ। ਹਾਂਜੀ, ਤੇ ਆਪਾਂ CDI ਜਿਵੇਂ ਆ ਜੋ ਉਹਨੂੰ ਚਾਹੀਦੀ ਹੈ ਨਾ, ਜੋ ਕੋਈ ਆਪਾਂ ਸ਼ਿਪਿੰਗ ਕਰਦੇ ਹਾਂ, ਅਤੇ ਬਾਕੀ ਇਨਫੋਰਮੇਸ਼ਨ ਲੈਣ ਲਈ ਡਿਸਕ੍ਰਿਪਸ਼ਨ 'ਚ ਨੰਬਰ ਆ, ਠੀਕ ਆ, ਸਾਰਿਆਂ ਦੇ ਦੱਸ ਦਾਂਗੇ। ਆਹ ਸਾਡੇ ਕੋਲ ਜਿੰਨੇ ਪ੍ਰਾਈਜ਼ ਦੀ ਹੈਗੀ ਆ, ਉਦੋਂ ਅੱਧੇ ਪ੍ਰਾਈਜ਼ ਦੀ, ਜਿਵੇਂ 1600 ਦੀ ਆ, ਅੱਧੇ ਤੋਂ ਵੀ ਘੱਟ ਹੋ ਜਾਂਦਾ, ਅਸੀਂ 600 ਦੀ ਦੇ ਦਿੰਦੇ ਹਾਂ ਇਹ ਆਹ ਵਾਲੀ CDI। ਅਤੇ ਆਹ ਵੀ ਬਹੁਤ ਘੱਟ ਰੇਟ 'ਚ ਮਿਲ ਜਾਂਦੀ, ਆਹ ਵਾਲੀ ਤਾਂ ਅੱਜ ਕੱਲ੍ਹ ਮਿਲਦੀ ਨਹੀਂ ਹੈਗੀ, ਬਹੁਤ ਔਖੀ ਆ ਮਿਲਣੀ। ਇਹ ਸਾਡੇ ਕੋਲ ਆਰਾਮ ਨਾਲ ਮਿਲ ਜਾਂਦੀ ਹੈ, ਕਿਤੇ ਵੀ ਅਸੀਂ ਡਿਲੀਵਰ ਕਰ ਸਕਦੇ ਹਾਂ, ਆਲ ਓਵਰ ਇੰਡੀਆ, ਅਤੇ ਕੰਟੈਕਟ ਕਰ ਸਕਦੇ ਹੋ। ਅਤੇ ਉਹ ਵਾਲੀ ਵੀ ਮਿਲ ਜਾਂਦੀ ਹੈ ਜਿਹੜੀ ਬਲੂ ਵਾਲੀ ਪਹਿਲਾਂ ਦਿਖਾਈ ਸੀ। ਕੋਈ ਫਰੋਡ ਫਰੂਡ ਨਹੀਂ ਹੈਗੇ, ਸਾਨੂੰ ਵੀ ਕੋਈ ਸ਼ੌਂਕ ਨਹੀਂ ਵੀ ਬਿਜ਼ਨਸ ਦਾ, ਕੋਈ ਬਿਜ਼ਨਸ ਨਹੀਂ ਹੈਗਾ ਸਾਡਾ, ਅਸੀਂ ਤੁਹਾਡੇ ਲਈ ਕਰ ਰਹੇ ਹਾਂ। ਆਪਾਂ ਜਿਵੇਂ ਕਿ ਤੁਹਾਨੂੰ ਦੱਸਿਆ, ਆਪਾਂ ਫਰੋਡ ਇੱਦਾਂ ਦੇ ਕੋਈ ਨਹੀਂ ਕਰਦੇ। ਤੁਸੀਂ ਜਿਵੇਂ ਸਾਡੇ ਨਾਲ ਹੋਏ ਆ ਫਰੋਡ, ਜਿਵੇਂ ਅਸੀਂ ਭੇਜ ਦਿੰਦੇ ਸੀਗੇ ਅਤੇ ਉੱਧਰੋਂ ਪੈਸੇ ਕਈ ਵਾਰ ਤਾਂ ਆਉਂਦੇ ਹੀ ਨਹੀਂ ਸੀਗੇ ਸਾਨੂੰ, ਡਿਲੀਵਰ ਹੋਈ ਤੋਂ ਬਾਅਦ, ਅਤੇ ਕਈ ਵਾਰ ਅੱਧੇ ਆ ਜਾਂਦੇ ਸੀ, ਅੱਧੇ ਕਰਦੇ ਨਹੀਂ ਸੀਗੇ। ਹੁਣ ਅਸੀਂ ਪਹਿਲਾਂ ਥੋੜ੍ਹਾ ਜਿਹਾ ਐਡਵਾਂਸ ਪਵਾ ਲੈਂਦੇ ਹਾਂ, ਬਾਕੀ ਉਹ 'ਚ ਬਾਅਦ 'ਚ। ਅਤੇ ਜਿਵੇਂ ਕਿ ਹੁਣ ਕਈ ਇਹ ਚੈਨਲ ਹੈਗੇ ਆ ਜਿਹੜੇ ਫਰੋਡ ਕਰ ਕਰਕੇ ਸਾਨੂੰ ਕਈ ਮਤਲਬ CDI ਕੋਈ ਹੋਰ ਵੀ ਬਣਾਉਂਦੇ ਆ, ਜਿਵੇਂ ਅਤੇ ਸਾਨੂੰ ਕਈ ਜਿਵੇਂ ਜੋ ਸਾਡੇ 'ਚ ਦੇਖਦੇ ਆ ਵੀਡੀਓਜ਼, ਉਹਨਾਂ ਨੇ ਦੱਸਦੇ ਆ, ਜਿਵੇਂ ਸਾਡੀਆਂ ਦੇਖ ਕੇ ਸਾਨੂੰ ਕੰਟੈਕਟ ਕੀਤਾ, ਉਵੇਂ ਉਹਨਾਂ ਨੂੰ ਕੀਤਾ, ਅਤੇ ਕਈ ਫਰੋਡ ਕਰਦੇ ਆ, ਅਤੇ ਉਹਨਾਂ ਤੋਂ ਪੈਸੇ ਪਹਿਲਾਂ ਪਵਾ ਲੈਂਦੇ ਆ, ਅਤੇ ਬਾਅਦ 'ਚੋਂ ਉਹਨਾਂ ਨੂੰ CDI ਜਾਂ ਕੋਈ ਵੀ ਪਾਰਟ ਜਿਹੜਾ ਵੀ ਕਰਦੇ ਆ ਉਹ ਭੇਜਦੇ ਨਹੀਂ ਹੈਗੇ, ਜਾਂ ਫਿਰ ਕਈ ਹੈਗੇ ਖਰਾਬ ਭੇਜ ਦਿੰਦੇ। ਅਤੇ ਇੱਕ ਚੈਨਲ ਤਾਂ ਹੈਗਾ, ਮੈਂ ਨਾਮ ਨਹੀਂ ਲੈਣਾ, ਉਹ ਭੇਜਦਾ ਹੀ ਨਹੀਂ ਹੈਗਾ, ਅਤੇ ਆਪਾਂ ਇਹੋ ਜਿਹਾ ਕੰਮ ਨਹੀਂ ਕਰਦੇ ਹੈਗੇ। ਸੋ ਜਿਵੇਂ ਤੁਸੀਂ ਬੇਝਿਜਕ ਹੋ ਕੇ ਕੰਟੈਕਟ ਕਰ ਸਕਦੇ ਹੋ। ਅਸੀਂ ਹੁਣ ਤੱਕ ਖਾਸੀਆਂ ਜਗ੍ਹਾ 'ਤੇ ਦਿੱਲੀ, ਪੂਨੇ, ਹੋਰ ਵੀ ਜਗ੍ਹਾ 'ਤੇ, ਚੇਨਈ ਵਗੈਰਾ ਭੇਜੀਆਂ ਨੇ CDI, ਪਰ ਹੁਣ ਥੋੜ੍ਹਾ ਜਿਹਾ ਕੰਮ ਘਟਾਇਆ ਹੋਇਆ, ਤਾਂ ਘਟਾਇਆ ਹੋਇਆ ਕਿਉਂਕਿ ਐਡਵਾਂਸ ਕਰਦੇ ਨਹੀਂ ਹੈਗੇ ਜਿਨ੍ਹਾਂ ਨੇ ਫਰੋਡ ਕਰਨਾ ਹੁੰਦਾ, ਅਤੇ ਜਦ ਉਹਨਾਂ ਕੋਲ ਪਹੁੰਚ ਜਾਂਦੀ ਹੈ CDI, ਉਦੋਂ ਬਾਅਦ ਅੱਧੇ ਕਰ ਦੇਣਗੇ, ਕਈ ਕਰ ਦਿੰਦੇ ਆ, ਕਈ ਜਮ੍ਹਾਂ ਹੀ ਨਹੀਂ ਕਰਦੇ ਹੈਗੇ, ਉਦੋਂ ਬਾਅਦ ਫਿਰ ਫੋਨ ਚੱਕਣੋਂ ਹਟ ਜਾਂਦੇ, ਫਿਰ ਇੱਦਾਂ ਦਾ ਸਾਡਾ ਨੁਕਸਾਨ ਬਹੁਤ ਹੋ ਜਾਂਦਾ। ਬਾਕੀ ਇਨਫੋਰਮੇਸ਼ਨ ਡਿਸਕ੍ਰਿਪਸ਼ਨ 'ਚ, ਵਟਸਐਪ ਨੰਬਰ ਦਿੱਤਾ ਹੋਇਆ, ਤੁਸੀਂ ਵਟਸਐਪ 'ਤੇ ਮੈਸੇਜ ਕਰ ਸਕਦੇ ਹੋ, ਅਤੇ ਤੁਹਾਨੂੰ ਰਿਪਲਾਈ ਮਿਲ ਜੂਗਾ, ਸਾਰੀ ਇਨਫੋਰਮੇਸ਼ਨ ਮਿਲ ਜੂਗੀ। ਮਿਲਦੇ ਹਾਂ ਅਗਲੇ ਵਲੋਗ 'ਚ, ਕਰਦੇ ਹਾਂ ਇਸ ਵਲੋਗ ਨੂੰ ਐਂਡ।